ਜੇ ਐਡਾ ਹੀ ਯੋਧਾ ਸੀ ਫਿਰ ਲੜਦਾ ਆ ਕੇ ਬੰਦਿਆਂ ਨਾਲ। ਉਸਨੂੰ ਸੁਨੇਹਾ ਲਵਾਇਆ ਸੀ ਤੈਨੂੰ ਮਾਰਾਂਗੇ, 2 ਕਰੋੜ ਰੁਪਏ ਦੀ ਔਫਰ ਦਿੱਤੀ ਸੀ ਉਸਨੇ ਮੈਨੂੰ ਵਿੱਕੀ ਮਿੱਡੂ ਖੇੜਾ ਦੇ ਮਰਨ ਤੋਂ ਬਾਦ ਜਦੋਂ ਉਹਦਾ ਨਾਂ ਖੁੱਲ੍ਹ ਗਿਆ ਸੀ ਇਲੈਕਸ਼ਨਾਂ ਦੇ ਵਿੱਚ। ਲਾਰੈਂਸ ਬਿਸ਼ਨੋਈ ਨੂੰ ਤੁਸੀਂ ਗੱਦਾਰ ਦੱਸ ਰਹੇ ਹੋ, ਤੁਹਾਨੂੰ ਪਤਾ ਵੀ ਹੈ ਬਰਗਾੜੀ ਬੇਅਦਬੀ ਨਾਲ ਸੰਬੰਧਿਤ ਜਵਾਹਰ ਸਿੰਘ ਆਲੇ ਦਾ ਪ੍ਰੇਮੀ ਦੁਕਾਨਦਾਰ, ਉਹਨੂੰ ਸਿੰਘਾਂ ਨੇ ਸੌਦਾ ਲਾਇਆ ਸੀ। ਉਹ ਸੌਦਾ ਲਾਉਣ ਵਾਲੇ ਮੁੰਡੇ ਸਾਡੇ ਭਰਾ ਸੀ, ਸਕੂਲਾਂ ਕਾਲਜਾਂ 'ਚ ਵੀ ਸਾਨੂੰ ਜਾਣਦੇ ਹੁੰਦੇ ਸੀ। ਤੁਸੀਂ ਭਾਵੇਂ ਸਾਨੂੰ ਗਾਲਾਂ ਕੱਢੀ ਜਾਓ, ਲੋਕ ਸਿੱਧੂ ਨੂੰ ਜਿਉਂਦੇ ਨੂੰ ਗਾਲਾਂ ਕੱਢਦੇ ਰਹੇ ਆ, 95% ਲੋਕ ਉਸ ਨੂੰ ਗਾਲਾਂ ਹੀ ਕੱਢਦੇ ਸੀ। ਇਹ ਕੰਮ ਅਸੀਂ ਕਰਵਾਇਆ ਸੀ, ਸਾਨੂੰ ਇਸ ਚੀਜ਼ 'ਤੇ ਕੋਈ ਅਫਸੋਸ ਨਹੀਂ। ਸਮੇਂ ਦੀ ਇਹ ਮੰਗ ਸੀ, ਸਿੱਧੂ ਦੋਸ਼ੀ ਸੀ ਸਾਡੇ ਭਰਾਵਾਂ ਦਾ ਨੁਕਸਾਨ ਹੋਣ 'ਚ। 2 ਭਰਾਵਾਂ ਦੇ ਕਤਲ 'ਚ ਸਿੱਧੂ ਅਸਿੱਧੇ ਤੌਰ 'ਤੇ ਇਹਦਾ ਹੱਥ ਸੀ। ਤੁਸੀਂ ਇਸ ਨੂੰ ਸਿੱਖ ਯੋਧਿਆਂ ਸਿੱਖ ਸ਼ਹੀਦਾਂ ਨਾਲ ਬਿਠਾ ਕੇ ਸਿੱਖ ਯੋਧਿਆਂ ਦੀ ਬੇਇੱਜ਼ਤੀ ਕੀਤੀ ਹੈ। ਇਹ ਕੌਮ ਦਾ ਦਰਦੀ ਹੁੰਦਾ ਤਾਂ ਪਤਾ ਹੀ ਨਹੀਂ ਇਹ ਕੌਮ ਦਾ ਕਿਹੜੇ ਕਿਹੜੇ ਹਿਸਾਨ ਨਾਲ ਫਾਇਦਾ ਕਰ ਸਕਦਾ ਸੀ। ਬਰਗਾੜੀ ਬੇਅਦਬੀ ਨਾਲ ਇੱਕ ਬੰਦਾ ਸ਼ਕਤੀ ਸਿੰਘ ਜਿਹੜਾ ਪ੍ਰੇਮੀ ਸੀ, ਜਿਹਦਾ ਨਾਂ ਆਉਂਦਾ ਸੀ ਗੁਰੂ ਸਾਹਿਬ ਦੀ ਪੀੜ ਚੁੱਕਣ 'ਚ, ਉਹਦੇ ਘਰ ਵੀ ਪਿਛਲੇ ਸਾਲ ਬੰਦੇ ਭੇਜੇ। ਆਪਾਂ ਤਾਂ ਕੌਣ, ਭੇਜਣ ਵਾਲੇ ਗੁਰੂ ਸਾਹਿਬ ਨੇ ਸੇਵਾ ਲਾਈ ਸੀ। ਲਾਰੈਂਸ ਬਿਸ਼ਨੋਈ ਰਾਜਸਥਾਨ ਪੇਸ਼ੀ ਵੇਲੇ ਦੁਮਾਲਾ ਸਜਾ ਕੇ ਆਉਂਦਾ ਸੀ, ਰੋਜ਼ ਪਤਾ ਨਹੀਂ ਕਿੰਨੇ ਕਿੰਨੇ ਘੰਟੇ ਉਹ ਪਾਠ ਕਰਦਾ। ਮੈਂ ਅਤੇ ਲਾਰੈਂਸ ਦਿੱਲੀ ਭੱਜ ਗਏ, ਅਸੀਂ ਜਗਦੀਸ਼ ਟਾਈਟਲਰ ਦੀ ਰੇਕੀ ਲਈ ਜਾਂਦੇ ਰਹੇ ਕਿ ਲੱਭ ਜਾਵੇ ਤਾਂ ਮਾਰ ਦੇਵਾਂਗੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੋਲਡੀ ਬਰਾੜ ਹੈ, ਮੈਂ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ। ਹੁਣੇ ਮੇਰਾ ਨਾਂ ਸਿੱਧੂ ਮੂਸੇ ਵਾਲੇ ਕੇਸ ਨਾਲ ਜੋੜਿਆ ਗਿਆ। ਅਸੀਂ ਪਹਿਲਾਂ ਵੀ ਇਹ ਜ਼ਿੰਮੇਵਾਰੀ ਲਈ ਸੀ, ਹੁਣ ਵੀ ਜ਼ਿੰਮੇਵਾਰੀ ਲੈਂਦੇ ਹਾਂ। ਇਹ ਕੰਮ ਅਸੀਂ ਕਰਵਾਇਆ ਸੀ, ਸਾਨੂੰ ਇਸ ਚੀਜ਼ 'ਤੇ ਕੋਈ ਅਫਸੋਸ ਨਹੀਂ। ਸਮੇਂ ਦੀ ਇਹ ਮੰਗ ਸੀ, ਸਿੱਧੂ ਦੋਸ਼ੀ ਸੀ ਸਾਡੇ ਭਰਾਵਾਂ ਦਾ ਨੁਕਸਾਨ ਹੋਣ 'ਚ, 2 ਭਰਾਵਾਂ ਦੇ ਕਤਲ 'ਚ ਸਿੱਧੂ ਅਸਿੱਧੇ ਤੌਰ 'ਤੇ ਇਹਦਾ ਹੱਥ ਸੀ। ਤੁਹਾਨੂੰ ਪਤਾ ਗਰੀਬਾਂ ਲਈ ਕਾਨੂੰਨ ਆ, ਆਮ ਬੰਦਿਆਂ ਲਈ ਕਾਨੂੰਨ ਆ, ਸਾਡੇ ਕੋਲ ਹੋਰ ਕੋਈ ਆਪਸ਼ਨ ਨਹੀਂ ਸੀ। ਜੋ ਆਪਸ਼ਨ ਸੀ, ਜੋ ਸਾਨੂੰ ਸਹੀ ਲੱਗਾ, ਅਸੀਂ ਉਹ ਕਰ ਦਿੱਤਾ। ਅਸੀਂ ਆਪ ਹਥਿਆਰ ਚੁੱਕੇ ਆਪਣਾ ਬਦਲਾ ਲੈ ਲਿਆ। ਤੁਸੀਂ ਭਾਵੇਂ ਸਾਨੂੰ ਗਾਲਾਂ ਕੱਢੀ ਜਾਓ, ਲੋਕ ਸਿੱਧੂ ਨੂੰ ਜਿਉਂਦੇ ਨੂੰ ਗਾਲਾਂ ਕੱਢਦੇ ਰਹੇ ਆ, 95% ਲੋਕ ਉਸ ਨੂੰ ਗਾਲਾਂ ਹੀ ਕੱਢਦੇ ਸੀ। ਅਸੀਂ ਆਪ ਹਥਿਆਰ ਚੁੱਕੇ ਆਪਣਾ ਬਦਲਾ ਲੈ ਲਿਆ। ਉਹਦੇ ਮਰਨ ਤੋਂ ਬਾਅਦ ਉਹ ਸੱਚਾ ਹੋ ਗਿਆ, ਇੱਕੋ ਦਮ ਲੋਕਾਂ ਦੀ ਸੋਚ ਬਦਲ ਗਈ। ਪਾਵਰਫੁੱਲ ਬੰਦਿਆਂ ਦੇ ਕਸੂਰ ਮੂਰੇ ਨਹੀਂ ਆਉਂਦੇ, ਇਤਿਹਾਸ ਗਵਾਹ ਹੈ। ਸਾਨੂੰ ਸਾਡੇ ਘਰੇ 70 ਦੇਖਣੇ ਪਏ ਆ, ਉਦੋਂ ਇਹਦਾ ਨਾਂ ਆਉਂਦਾ ਸੀ ਹਰ ਥਾਂ 'ਤੇ, ਕਿਤੇ ਨਾ ਕਿਤੇ ਇਹਦੀ ਸ਼ਮੂਲੀਅਤ ਆਉਂਦੀ ਸੀ। ਇਸਨੇ ਆਪਣੇ ਗਾਣਿਆਂ ਵਾਲੇ ਅਕਸ ਨੂੰ, ਗਾਣਿਆਂ ਵਾਲੀ ਇਮੇਜ ਨੂੰ ਸੱਚ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜੋ ਭੁੱਲਣ ਯੋਗ ਨਹੀਂ ਸੀ, ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਅਸੀਂ ਜਸਟਿਸ ਕਾਨੂੰਨ ਤੋਂ ਉਡੀਕ ਵੀ ਕੀਤੀ ਤਾਂ ਕਿ ਕਾਨੂੰਨ ਅਤੇ ਜਸਟਿਸ ਇਸ ਨੂੰ ਸਜ਼ਾ ਦੇਵੇ। ਦੀਪ ਸਿੱਧੂ ਦਾ ਜਿਸ ਦਿਨ ਸੰਸਕਾਰ ਸੀ ਨਾ ਵੀਰ ਮੇਰਿਓ, ਜਿਸ ਦਿਨ ਸਾਰਾ ਪੰਜਾਬ ਕੰਮ 'ਚ ਡੁੱਬਿਆ ਹੋਇਆ ਸੀ, ਉਹਦੇ ਟਾਈਮ ਸਿੱਧੂ ਨੇ ਅਖਾੜਾ ਲਵਾਇਆ ਹੋਇਆ ਸੀ ਮਾਨਸੇ। ਉਸ ਦਿਨ ਸ਼ਰਾਬ ਪੀ ਪੀ ਨੱਚਦਾ ਰਿਹਾ ਅਖਾੜੇ 'ਚ, ਉਸ ਟਾਈਮ ਸੰਸਕਾਰ ਹੋ ਰਿਹਾ ਸੀ ਦੀਪ ਸਿੱਧੂ ਦਾ। ਜਿਹੜੀਆਂ ਤੁਸੀਂ ਉਹਦੇ ਨਾਲ ਦੀਪ ਸਿੱਧੂ ਨਾਲ ਉਸ ਦੀਆਂ ਫੋਟੋਆਂ ਲਾਈਆਂ ਨੇ, ਸਭ ਨੇ ਵਿਰੋਧ ਕੀਤਾ ਸੀ ਇਸ ਚੀਜ਼ ਦਾ। ਲੋਕਾਂ ਨੇ ਬਹੁਤ ਗਾਲਾਂ ਕੱਢੀਆਂ, ਬਾਈ ਸਿੱਧੂ ਇੰਝ ਕਰਦਾ, ਸਿੱਧੂ ਉਂਝ ਕਰ ਰਿਹਾ, ਪਰ ਲੋਕ ਹੁਣ ਭੁੱਲ ਗਏ, ਲੋਕਾਂ ਨੂੰ ਯਾਦ ਨਹੀਂ ਰਹਿ ਗਈਆਂ, ਬਹੁਤ ਯਾਦਦਾਸ਼ਤ ਕਮਜ਼ੋਰ ਆ। ਟੂ ਪਾਕ ਦੀਆਂ ਗੱਲਾਂ ਤਾਂ ਕਰੀ ਗਿਆ, ਫਿਰ ਟੂ ਪਾਕ ਨਾਲ ਕਦੋਂ ਪੁਲਿਸ ਵੇਖ ਲਈ ਇਸਨੇ? ਟੂ ਪਾਕ ਪੁਲਿਸ ਦੀਆਂ ਸਿਕਿਉਰਟੀਆਂ ਨਾਲ ਨਹੀਂ ਘੁੰਮਦਾ ਸੀ, ਜੇ ਤਾਂ ਪੰਗਾ ਲਿਆ ਸੀ ਠੀਕ ਹੈ, ਜੇ ਇੰਨੀ ਜ਼ਰੂਰਤ ਸੀ ਫਿਰ ਆਪਦੇ ਦਮ 'ਤੇ ਰਹਿੰਦਾ, ਪੁਲਿਸ ਦੀਆਂ ਕੱਛਾਂ 'ਚ ਕਿਉਂ ਵੜਦਾ ਸੀ, ਜਾ ਕੇ ਲੀਡਰਾਂ ਦੇ ਪੈਰਾਂ 'ਚ ਕਿਉਂ ਵੱਜਦਾ ਸੀ ਜਾ ਕੇ? ਜੇ ਐਡਾ ਹੀ ਯੋਧਾ ਸੀ ਫਿਰ ਲੜਦਾ ਆ ਕੇ ਬੰਦਿਆਂ ਨਾਲ, ਉਸਨੂੰ ਸੁਨੇਹਾ ਲਵਾਇਆ ਸੀ ਤੈਨੂੰ ਮਾਰਾਂਗੇ, 2 ਕਰੋੜ ਰੁਪਏ ਦੀ ਔਫਰ ਦਿੱਤੀ ਸੀ ਉਸਨੇ ਮੈਨੂੰ ਵਿੱਕੀ ਮਿੱਡੂ ਖੇੜਾ ਦੇ ਮਰਨ ਤੋਂ ਬਾਅਦ ਜਦੋਂ ਉਹਦਾ ਨਾਂ ਖੁੱਲ੍ਹ ਗਿਆ ਸੀ ਇਲੈਕਸ਼ਨਾਂ ਦੇ ਵਿੱਚ। ਮੁਕਤਸਰ ਦਾ ਪਿੰਡ ਆ ਭੰਗ ਚਿੜੀ, ਉੱਥੋਂ ਦੇ ਮੁੰਡੇ ਆ, ਸਿੱਧੂ ਨਾਲ ਹੁੰਦੇ ਸੀ 24 ਘੰਟੇ, ਉਹਨਾਂ ਨੂੰ ਪਤਾ ਹੀ ਆ ਕੌਣ ਨੇ ਬੰਦੇ। ਉਹਨਾਂ ਬੰਦਿਆਂ ਨੇ ਮੈਨੂੰ ਮੈਸੇਜ ਲਵਾਇਆ ਸੀ, ਤੇਰੀ ਗੱਲ ਕਰਾ ਦਿੰਦੇ ਹਾਂ ਸਿੱਧੂ ਨਾਲ, 2 ਕਰੋੜ ਰੁਪਏ ਲੈ ਲਵੋ, ਗੁਰਦੁਆਰੇ ਚੜ੍ਹ ਕੇ ਸੌਂ ਖਾ ਆਇਓ, ਨੁਕਸਾਨ ਨਹੀਂ ਕਰੋਗੇ। ਪਰ ਨਹੀਂ ਵੀਰ ਮੇਰਿਓ, ਖੇ ਨਹੀਂ ਖਾਣੀ ਸੀ, ਭਰਾ ਦੇ ਖੂਨ ਦਾ ਬਦਲਾ ਲਿਆ, ਸ਼ਰਿਆਮ ਕਹਿ ਕੇ ਲਿਆ। ਉਹਨੂੰ ਵੀ ਪਤਾ ਸੀ ਮੈਨੂੰ ਮਾਰ ਦੇਣਗੇ, ਕਹਿ ਕੇ ਮਾਰਿਆ, ਜਿੰਨੀਆਂ ਮਿੰਨਤਾਂ ਕਰ ਸਕਦਾ ਸੀ ਉਨੀਆਂ ਕੀਤੀਆਂ, ਜਿੰਨੇ ਲੋਕਾਂ ਕੋਲ ਜਾ ਸਕਦਾ ਸੀ ਉਨੇ ਲੋਕਾਂ ਕੋਲ ਗਿਆ, ਪਰ ਰਾਜੀਨਾਮਾ ਨਹੀਂ ਹੋਇਆ ਕਿਉਂਕਿ ਰਾਜੀਨਾਮਾ ਕਰਨ ਵਾਲਿਆਂ ਗੱਲਾਂ ਨਹੀਂ ਰਹੀਆਂ ਸੀ। ਤੁਸੀਂ ਇਸ ਨੂੰ ਸਿੱਖ ਸ਼ਹੀਦਾਂ ਜਾਂ ਕੌਮੀ ਯੋਧਿਆਂ ਬਰਾਬਰ ਬਿਠਾ ਦਿੱਤਾ, ਇਹ ਹੱਕ ਦਾ ਨਹੀਂ ਸੀ। ਤੁਸੀਂ ਇਸ ਨੂੰ ਸਿੱਖ ਯੋਧਿਆਂ ਸਿੱਖ ਸ਼ਹੀਦਾਂ ਨਾਲ ਬਿਠਾ ਕੇ ਸਿੱਖ ਯੋਧਿਆਂ ਦੀ ਬੇਇੱਜ਼ਤੀ ਕੀਤੀ ਹੈ। ਇਹ ਕੌਮ ਦਾ ਦਰਦੀ ਹੁੰਦਾ ਤਾਂ ਪਤਾ ਹੀ ਨਹੀਂ ਇਹ ਕੌਮ ਦਾ ਕਿਹੜੇ ਕਿਹੜੇ ਹਿਸਾਨ ਨਾਲ ਫਾਇਦਾ ਕਰ ਸਕਦਾ ਸੀ। SVL ਦੇ ਗਾਣੇ ਤਾਂ ਗਾਈ ਜਾਂਦਾ, ਠੀਕ ਹੈ ਬਾਈ ਬਹੁਤ ਸੋਹਣਾ ਗਾਣਾ ਕੱਢਿਆ, ਗਾਣੇ ਬਾਗੀਆਂ ਦੇ ਹੀ ਚੱਲਦੇ ਹੁੰਦੇ ਆ। SVL ਦਾ ਗਾਣਾ ਤਾਂ ਗਾਈ ਗਿਆ, SVL ਜਿਹੜੇ ਪਰਿਵਾਰ ਨੇ ਕੱਢੀ ਸੀ ਉਹਨਾਂ ਨੂੰ ਜਿਤਾਉਣ ਵਾਸਤੇ ਤੂੰ ਦਿਨ ਰਾਤ ਜ਼ੋਰ ਲਾਈ ਜਾਂਦਾ ਸੀ, ਉੱਥੇ ਨਹੀਂ ਜਾ ਕੇ ਕਦੇ ਗੱਲ ਕੀਤੀ ਬਾਈ SVL ਪੰਜਾਬ ਲਈ ਮਾੜੀ ਆ, ਪੰਜਾਬ ਦੇ ਤੁਸੀਂ ਚੋਰੀ ਕਰ ਰਹੇ ਹੋ ਪਾਣੀਆਂ ਦੀ, ਉੱਥੇ ਨਹੀਂ ਗੱਲ ਕੀਤੀ।
गाणियां च बस लोगों के जज्बातों नाल ही खेड़ना हुंदा। इन्हां नूं शहीद दस रहे हो तो सानू गद्दार। शहीद की डेफिनेशन पता कपूर सिंह की किताब साची साखी पढ़ लियो, सच्चे शहीद का लग जाओ पता। जिहड़े बंदे बैबल गोलीकांड ते प्रकाड़ी ते दोषियां नाल नचदे रहे आ सानू तुसीं गद्दार दस रहे हो। लॉरेंस बिश्नोई नूं तुसीं गद्दार दस रहे हो। तुहानूं पता भी है प्रकाड़ी बेअदबी नाल संबंधित जवाहर सिंह आले दा प्रेमी दुकानदार उहनूं सिंघां ने सौदा लाया सी। वो सौदा लाने वाले मुंडे साढ़े भरा से, स्कूलों कॉलेजा भी सानू जानते होंगे सी। अज तीन जिन्ना उन्हों की मदद कर सकते सी कीती है। उन्होंने समय च मेरे को एक प्राइवेट पिस्तौल होंदा सी अपनी सेफ्टी लई। वीर हुणी मेरे को लै गए सी, हो सकता सी महाराज ने उदों भी सेवा लाई होवे। उस हथियार नाल ही उसका सौदा लग्या होवे। वीर का नाम भाई अमरदीप सिंह ते भाई गुरप्रीत सिंह है। उन्होंने उम्र कैद भी हो गई उस केस च, वो जेलां भी कट रहे हैं। वो सिंह नहीं तुहानू याद जिन्हां ने कुछ किया, गाणियां वाले तुहानू शहीद याद ने जिन्हां ने कदे कुछ करिया ही नहीं, जिन्हां ने सिख कौम का सिर ही नीवा कराया हरेक थां ते। बरगाड़ी बेअदबी नाल एक बंदा शक्ति सिंह जिहड़ा प्रेमी सी, जिहदा नाम आउंदा सी गुरु साहब की पीड़ चुकण च, उहदे घरे भी पिछले साल बंदे भेजे। आपां तां कौन, भेजण वाले गुरु साहब ने सेवा लाई सी। लॉरेंस बिश्नोई राजस्थान पेशी वेले दुमाला सजा के आउंदा सी। रोज़ पता नहीं किन्ने किन्ने घंटे वह पाठ करता। जिंदगी च वह बंदे ने नशा कदे मूँह ते नहीं धरिया। पुलिस वालिया ने बहुत धमकियां दित्तियां, तू पिंडरां वाले दियां टीशटां क्यों पा के आउंदा, पर वह नहीं हटिया। स्कूल कॉलेज वेले साढ़े ते परचा पिया, मैं ते लॉरेंस दिल्ली भज गए। असी जगदीश टाइटलर की रेकी लई जाते रहे कि लब जाए तो मार देवे। सिद्धू साढ़े आंटिया के नेड़े से, करण औजले के घर गोलियां मरवाइया। मिड्डू खेड़ा तो गुरलाल बराड़ वाले केस जिन्ना बंदियां की पेशी हुई, उन्हां दियां पेशियां सिद्धू ते राजा वड़िंग होर ने करवाइया सन। सिद्धू की बुलेट प्रूफ गड्डी वो घूमते रहे। बिक्की मिड्डू खेड़ा के कतल तो बाद सिद्धू ने टैटू बनवाए से, मोढ़े ते बनवाए टैटू च हथियार भी बनवाए सन। बदमाश बनता सी, फिर बदमाशा वाली करा ली। शगनप्रीत सिद्धू का सारा काम सामभदा सी। शगनप्रीत ने मिड्डू खेड़ा के कातलों की मदद की। मनदीप धालीवाल भी गड्डी मौजूद से। गुरलाल बराड़ म्यूजिक कंपनी खोलना चाहता सी। अफसाना सामने गुरलाल ने सिद्धू बारे कोई वधवीं कटवीं गल कर दी सी। मनदीप ने गुरलाल नूं धमकी दी जानो मारन की। कुलबीर नरुआणा ने लाइव होकर सिद्धू मूसे वाले बारे बोलिया तो कुलबीर नरुआणा के सिद्धू ने अगले दिन गोलियां मरवा के कतल करवा दिता। लुधियाने सिद्धू तो पिस्तौल नाल मुंडा मर गया सी, इसका ही दोस्त सी, तो उस कतल की गल किसी होर मुंडे सिर पा दी। इस दे घर सब पता है। यो ही सिद्धू सी जिहड़ा उस कांग्रेस पार्टी दियां जड़ां नूं मजबूत करन च दिन रात लग्या होया सी। सिंह तां भाई जी एक आप दी निक्की जिही गल मूहों कड्डी पूरी करन करके सारी सारी उम्र जेलां च कट दिंदे आ। वेखो किन्ना बंदियां नूं शहीद दसदे हो यार, कोई बंदे दा करैक्टर तां वेख लो। इन्नियां भी हवा च गल्लां नहीं करनियां चाहीदियां।